बीती रात हुशियारपुर विखे एक दर्दनाक हादसे विच एक नौजवान की मौत हो गई। हुशियारपुर के सैशन चौंक विच एक टिप्पर ने एक्टिवा सवार नूं कुचल दिता। हादसा कैबिनेट मंत्री सुंदर श्याम अरोड़ा के घर के नेड़े ही वापरिया सी, पर हादसे तो एक घंटे बाद भी एंबूलेंस मौके उत्ते नहीं पहुंची, जिस नूं लैके गुस्से विच आए लोगों ने सड़क उत्ते जाम लगा दिता। अरोड़ा साहब अपने चंडीगढ़ बैठे पे आ, कम से कम देखो 15 मिनट का रास्ता नहीं अरोड़ा साहब नू, 10 मिनट का रास्ता नहीं, उन्होंने फर्ज नहीं पड़ता अरोड़ा जी का। SSP साहब ने कोई चौंका दे विच पुलिस नहीं पहुंचाई है ते ਤੁਹਾਡਾ ਤੁਹਾਡਾ ਜਿਹੜਾ ਗਿਲਾ ਆ SSP ਸਾਹਿਬ ਨਾਲ ਆ ਜਾਂ ਪੁਲਿਸ ਨਾਲ ਆ? ਸਾਡਾ ਪੁਲਿਸ ਸਾਹਿਬ ਤੋਂ ਸਾਰੇ ਸਿਸਟਮ ਨਾਲ ਤੋਂ ਪਹਿਲਾਂ ਪੁਲਿਸ ਸਾਹਿਬ ਤੋਂ ਚੌਂਕਾ ਦੇ ਵਿੱਚ ਚਲਾਨ ਕੱਟਣ ਨੂੰ PCR ਬੈਠੇ ਆ, ਕਰਾ ਕਰਾ ਦੇ ਵਿੱਚ ਚੋਰੀਆਂ ਹੋ ਰਹੀਆਂ, ਕਿਰਪਾਨਾਂ ਲੈ ਲੈ ਕੇ ਉੱਥੇ ਬੈਠੇ ਪਏ ਆ ਜਿਹੜੇ ਚੋਰ ਬੰਦੇ। ਉਦੋਂ ਜਦੋਂ ਚੋਰੀਆਂ ਕਰਦੇ ਪਏ ਉਦੋਂ ਪੁਲਿਸ ਕਿੱਥੇ ਜਾਂਦੀ ਆ? ਜਦੋਂ ਚੌਂਕਾਂ ਦੇ ਵਿੱਚ ਚਲਾਨ ਕੱਟਣ ਨੂੰ 15-15 ਪੁਲਿਸ ਬੈਠੀ ਆ, ਹੁਣ ਸੈਸ਼ਨ ਚੌਂਕ 'ਚ ਇੱਕ ਮੁਲਾਜ਼ਮ ਨਹੀਂ ਆ। SSP ਸਾਹਿਬ ਨੂੰ ਪੁੱਛੋ ਕਿੱਥੇ ਤੁਹਾਡੀ ਪੁਲਿਸ ਆ। इस मौके लोगों नूं शांत करन लई आए इलाके दे कौंसलर भी लोगों नाल खड़े रहे। लोगों ने कैबिनेट मंत्री सुंदर श्याम अरोड़ा के खिलाफ जम के नारेबाजी की थी। बड़ी मंदभागी सूचना सी भी 108 ने इनकार कर दिता ले जाण तों कि साडे कोल साधन नहीं हैगा। यह सानू भी अज पता लगा इस मौके पर आके भी 108 जी है डेड बॉडी नहीं लैके जाती, तो सरकार ने प्रबंध करना चाहिए। देखो असी किसी प्राइवेट ਹਸਪੀਟਲ ਵਾਲੇ ਨੂੰ ਦੋਸ਼ ਨਹੀਂ ਦੇ ਸਕਦੇ, ਉਹ ਤਾਂ ਅਸੀਂ ਕੋਸ਼ਿਸ਼ ਕਰਦੇ ਪਏ ਸੀ ਐਂਬੂਲੈਂਸ ਮੰਗਾਉਣ ਦੀ, ਉਹ ਆਏ ਵੀ ਹੈ। ਕਿ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਜਿਹੜੇ ਉਦਯੋਗ ਮੰਤਰੀ ਨੇ, ਉਹਨਾਂ ਦਾ ਘਰ ਕੋਈ 200 ਮੀਟਰ ਦੀ ਦੂਰੀ 'ਤੇ ਨੇ। ਦੇਖੋ ਉਹਨਾਂ ਪਰ ਮੈਂ ਤੁਹਾਡੀ ਦੇਖੋ ਇਸ ਗੱਲ ਦੇ ਨਾਲ ਰਾਤ ਦਾ ਟਾਈਮ ਹੈ, ਉਹ ਕਿਸੇ ਨੂੰ ਕੋਈ ਸੂਚਨਾ ਮਿਲੀ ਹੈ ਨਹੀਂ ਮਿਲੀ ਹੈ ਜਾਂ ਕੋਈ ਕਿਤੇ ਇੱਥੇ ਆਟੋ ਸਟੇਸ਼ਨ ਹੈਗੇ ਆ? ਅੱਜ ਬਹੁਤ ਸ਼ਹਿਰ ਦੇ ਵਿੱਚ ਮੈਂ ਵੀ ਤਾਂ ਅੱਜ ਕੋਈ ਇੰਨੇ ਸ਼ਹਿਰ ਜਾਗਰਣ ਸੀਗੇ, ਮੈਨੂੰ ਉੱਥੋਂ ਪਹਿਲਾਂ ਮਿਲੀ, ਮੈਂ ਉੱਥੋਂ ਗਿਆ ਕਿ ਹਾਦਸਾ ਸੀਗਾ, ਉਹ ਵੀ ਇੱਕ ਤਰ੍ਹਾਂ ਦਾ ਥਾਣੇ ਗਿਆ, ਉੱਥੋਂ ਆਹ ਪਤਾ ਲੱਗਾ। ਪੁਲਿਸ ਨੇ ਦੱਸਿਆ ਕਿ ਟਿੱਪਰ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਦਾ ਕਹਿਣਾ ਹੈ ਕਿ ਜਲਦ ਹੀ ਡਰਾਈਵਰ ਨੂੰ ਵੀ ਫੜ ਲਿਆ ਜਾਵੇਗਾ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਇੱਥੇ ਦੱਸ ਦੇ ਕਿ ਸੜਕਾਂ ਉੱਤੇ ਟਿੱਪਰ ਮੌਤ ਦੇ ਦੂਤ ਬਣ ਕੇ ਘੁੰਮ ਰਹੇ ਨੇ, ਜੋ ਕਈ ਪਰਿਵਾਰਾਂ ਦੀ ਬਰਬਾਦੀ ਦਾ ਕਾਰਨ ਬਣ ਰਹੇ ਨੇ। ਹੁਸ਼ਿਆਰਪੁਰ ਤੋਂ ਅਮਰੀਕ ਕੁਮਾਰ, ਜਗਬਾਣੀ TV।